ਇਹ ਬਿਲਡਿੰਗ ਜੋ ਤੁਸੀਂ ਦੇਖ ਰਹੇ ਹੋ ਇਹ ਅੰਗਰੇਜ਼ਾਂ ਦੀ ਕੋਠੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਅਜਿਹੀਆਂ ਬਹੁਤ ਸਾਰੀਆਂ ਬਿਲਡਿੰਗਾਂ ਪੰਜਾਬ ਦੇ ਵਿੱਚ ਹਨ ਜਿਨ੍ਹਾਂ ਦਾ ਬਹੁਤ ਜ਼ਿਆਦਾ ਟੂਰਿਸਟ ਪੋਟੈਂਸ਼ੀਅਲ ਹੈ। ਇਹ ਬਿਲਡਿੰਗਾਂ ਨਹਿਰ ਦੇ ਕਿਨਾਰੇ ਕਿਨਾਰੇ ਬਣੀਆਂ ਹੋਈਆਂ ਨੇ, ਬਹੁਤ ਵਧੀਆ ਆਰਕੀਟੈਕਟ ਇਹਦੇ ਵਿੱਚ ਤੁਸੀਂ ਦੇਖਣ ਨੂੰ ਮਿਲਦਾ। ਸੈਂਕੜੇ ਸਾਲ ਪੁਰਾਣੀ ਬਿਲਡਿੰਗ ਪਰ ਇੰਟੈਕਟ ਅਜੇ ਵੀ। ਛੱਤ ਦੇਖੋ ਕਿੰਨੀ ਖੂਬਸੂਰਤੀ ਦੇ ਨਾਲ ਬਣਾਈ ਗਈ ਹੈ। ਇੱਕ ਨਹਿਰ ਦੇ ਕਿਨਾਰੇ ਕਈ ਏਕੜ ਦੇ ਵਿੱਚ ਬਣਿਆ ਹੋਇਆ ਹਾਊਸ ਹੈ ਇਹ। ਅਗਰ ਸਰਕਾਰ ਇਨੀਸ਼ੀਏਟਿਵ ਲਏ ਤਾਂ ਅਜਿਹੀਆਂ ਸਾਰੀਆਂ ਜੋ ਬਿਲਡਿੰਗਸ ਨੇ ਜੋ ਕਿਸੇ ਟਾਈਮ ਇਰੀਗੇਸ਼ਨ ਡਿਪਾਰਟਮੈਂਟ ਦੀ ਅੰਡਰ ਆਉਂਦੀਆਂ ਸੀ ਉੱਥੇ ਰਿਜ਼ੋਰਟ ਬਣਾਏ ਜਾ ਸਕਦੇ ਨੇ। ਦੇਖੋ